ਭੈਣ ਭਰਾ ਨਹੀਂ ਬਾਂਹ ਫੜਦਾ ਮੇਰੀ, ਮੈਂ ਇਸ ਤਰ੍ਹਾਂ ਹੀ ਆਪਣਾ ਘਰ ਵੀ ਗਹਿਣੇ ਪਾ ਦਿੱਤਾ ਵਾ, ਇਸਤਰ੍ਹਾਂ ਮੰਗਦੀ ਫਿਰਦੀ। ਇੱਕ ਬੱਚਾ ਛੋਟਾ ਜਿਹਾ ਵਾ, ਉਹ ਕੰਮ 'ਤੇ ਜਾਂਦਾ, 300 ਰੁਪਈਆ ਲਿਆਉਂਦਾ, ਉਹ ਅਸੀਂ ਖਾਂਦੇ ਹਾਂ, ਅਤੇ ਪਰ ਸਾਨੂੰ ਵਿਆਜ ਵਾਲੇ ਵੱਖਰੇ ਸਤਾਉਣ ਡੇ। ਅੱਜ ਕੋਈ ਨਹੀਂ ਆਇਆ, ਅੰਮ੍ਰਿਤਸਰ ਉਹਨਾਂ ਦੇ ਵੀ ਜਾ ਕੇ ਤਰਲੇ ਲਏ ਆ, ਉਹ ਕਹਿੰਦੇ ਆ ਕਿ ਅਸੀਂ ਵਿਧਵਾ ਜਵਾਨੀ ਨੂੰ ਦੇ ਸਕਦੇ ਹਾਂ, ਕਿਸ ਤਰ੍ਹਾਂ ਨਹੀਂ ਅਸੀਂ ਦੇ ਸਕਦੇ। ਫਿਰ ਉਹੀ ਹੋ ਗਈ ਕਿ ਜਿੰਦੇ ਜਾਗਦੇ ਆਪਾਂ ਮਦਦ ਨਹੀਂ ਕਰਨੀ, ਤੇ ਜਦੋਂ ਮਰ ਗਿਆ ਫਿਰ ਮਗਰੋਂ ਫਿਰ ਮਦਦ ਕਰਨ ਲੱਗੀ। ਫਾਇਦਾ ਇਹ ਦੱਸਦੇ ਪਏ ਕਿ 1.5 ਸਾਲ ਹੋ ਗਏ ਮੰਜੇ ਦੇ ਪੈਣ ਨੂੰ, ਤੇ ਉਦੋਂ ਤੋਂ ਹੀ ਇਹ ਤੜਫ ਤੜਫ ਕੇ ਦਿਨ ਰਾਤ ਕੱਟ ਰਹੇ ਆ। ਠੀਕ ਹੈ ਜੀ, ਉਹ ਪੈਸੇ ਲਾਉਣ ਦੇ ਬਾਵਜੂਦ ਵੀ, ਘਰ ਗਹਿਣੇ ਪਾਉਣ ਦੇ ਬਾਵਜੂਦ ਵੀ, ਇਹ ਜਿਹੜਾ ਵੀਰ ਵਾ ਅੱਜ ਦਵਾਈ ਕੋਲੋਂ ਇਲਾਜ ਕੋਲੋਂ ਅੱਜ ਘਰੇ ਮੰਜੇ 'ਤੇ ਪਿਆ ਵਾ ਅਤੇ ਤੜਫ ਰਿਹਾ। ਓਏ ਆਹ ਕਿੱਥੇ ਰਹਿ ਗਿਆ, ਆਹ ਕਿੱਦਾਂ ਰਹਿ ਗਿਆ, ਹੈ ਨਹੀਂ ਰਹਿ ਗਈ, ਖੁੱਲ੍ਹ ਗਿਆ ਕਿਤੇ, ਪਰ ਕੋਈ ਨਹੀਂ ਲੱਗੀ ਅੱਜ ਪਾਲੀ। ਹੋਰ ਭੈਣ ਠੀਕ ਠਾਕ? ਚਲੋ ਇੱਕ ਨਾ ਲਾ ਲਿਓ ਮਾਈਕ, ਲਾ ਲਿਓ ਆਪਣੇ ਕਿੱਥੇ ਲਾ ਲਿਓ, ਆ ਜਾਂਦਾ ਆ, ਪੱਖਾ ਵੀ ਜੀ ਬੰਦ ਕਰ ਦਿਓ, ਸਾਨੂੰ ਪਾਣੀ ਪਿਆ, ਕੁਰਸੀਆਂ ਹੈ ਇੱਧਰ ਕਾਮਣ, ਕੁਰਸੀਆਂ ਡਾ ਵੀਰ ਨਾ, ਇੱਥੇ ਪੱਖਾ ਹੀ ਲਾ ਦੇ, ਕੋਈ ਨਹੀਂ ਕੋਈ ਨਹੀਂ, ਕਰੋ ਆ ਵੀ ਗਾ ਆ ਉੱਥੇ ਬਹਿ ਜਾ, ਭੈਣ ਤੁਸੀਂ ਜੋ ਵੀ ਗੱਲ ਕਰਨੀ ਹੈ ਨਾ ਉੱਧਰ ਵੱਲ ਨੂੰ ਵੇਖ ਕੇ ਕਰਨੀ, ਕਿਉਂਕਿ ਇਲਾਜ ਬਹੁਤ ਮਹਿੰਗਾ ਹੋਣਾ ਜੀ, ਠੀਕ ਹੈ ਜੀ, ਜੇਕਰ ਆਪਾਂ ਕਿਸ ਸੰਗਤ ਨੂੰ ਚੰਗੀ ਤਰ੍ਹਾਂ ਦੱਸਾਂਗੇ ਫਿਰ ਹੋਣਾ ਵਾ, ਝੂਠ ਨਹੀਂ ਕੋਈ ਵੀ ਮਾਰਨਾ, ਠੀਕ ਹੈ, ਹਾਂ।
ਕੁਰਸੀਆਂ ਨਹੀਂ ਡਾਈਆਂ, ਪੱਖਾ ਲਾ ਕੇ ਇੱਧਰ ਆ ਜਾ ਆ ਜਾ ਤੂੰ ਪਿੱਛੇ ਖੜੋਤੇ ਰਹੋ। ਮੈਂ ਤਾਂ ਕਿ ਕੁਰਸੀ ਮੈਂ ਅੰਦਰ ਤਾਂ ਦੇ ਆਖਣ ਨਹੀਂ, ਮੈਂ ਕਿਹਾ ਘਰੇ ਆ ਗਈ ਵੀ ਖੋਲ ਖੋਲ ਬੋਲਣ ਨੂੰ ਕੁਰਸੀ ਤੇ ਇੱਥੇ ਡਟਣੀ ਨਹੀਂ ਆ। ਹਾਂ ਵੀਰ ਨੇ ਵੀ ਕਿਹਾ ਆ ਜਾ ਅੰਦਰ ਵੀਰੇ, ਤੁਸੀਂ ਵੀ ਆ ਜਾਓ ਅੰਦਰ, ਆ ਜਾਓ ਇੱਥੇ ਆ ਜਾਓ ਅੰਦਰ। ਆਹ ਕੁਰਸੀਆਂ ਚੁੱਕਦੇ ਟੇ ਫੈਕਟਰੀ ਸਾਰੀ ਗੱਲ ਦੱਸਣੀ, ਕੀ ਗੱਲ ਆ ਕੀ ਬਾਤ ਆ ਸਭ ਕੁਝ ਦੱਸਣਾ। ਮੈਂ ਘੱਟ ਬੋਲਣਾ, ਤੁਸੀਂ ਜ਼ਿਆਦਾ ਬੋਲਣਾ ਜੀ, ਠੀਕ ਹੈ? ਬੋਲਣਾ ਉੱਧਰ ਮੂੰਹ ਕਰਕੇ ਜਾਣਾ, ਠੀਕ ਹੈ ਜੀ? ਵੀ ਜੋ ਮੈਂ ਚੀਜ਼ ਪੁੱਛੂ ਨਾ ਇਹਨਾਂ ਕੈਮਰਾ ਨੂੰ ਮੂੰਹ ਕਰਕੇ ਦੱਸਣੀ, ਸੱਚ ਦੱਸ ਰਿਹਾ ਜੀ ਕੋਈ ਝੂਠ ਨਹੀਂ? ਨਹੀਂ ਝੂਠ ਨਹੀਂ ਬੋਲਦੀ, ਠੀਕ ਹੈ ਜੀ? ਮੈਂ ਜਿੰਨਾ ਕੁ ਮੈਂ ਥੋੜ੍ਹਾ ਬੋਲਣਾ, ਤੁਸੀਂ ਜ਼ਿਆਦਾ ਬੋਲਣਾ ਜੀ, ਚਲੋ ਠੀਕ। ਜੋ ਵੀ ਗੱਲਬਾਤ ਆ, ਕਿਉਂਕਿ ਅੱਜ ਵੀਰ ਸਾਰੇ ਬੈਠੇ ਆ ਨਾ, ਚਾਰ ਪੰਜ ਜਣੇ ਵੀਰ ਬੈਠੇ ਆ, ਜਦੋਂ ਤੁਸੀਂ ਕੋਈ ਦੁੱਖ ਦੱਸੋ ਦੱਸਦੇ ਇਹਨਾਂ ਨੂੰ, ਇਹ ਸਿਰਫ ਇਹਨਾਂ ਨੂੰ ਪਤਾ ਵਾ, ਪਰ ਜਦੋਂ ਤੁਸੀਂ ਦੁੱਖ ਕੈਮਰੇ ਸਾਹਮਣੇ ਦੱਸਣਗੇ ਦੱਸੋਗੇ ਫਿਰ ਸਾਰੀ ਦੁਨੀਆਂ ਨੂੰ ਪਤਾ ਲੱਗੂਗਾ। ਹੋ ਸਕਦਾ ਚਲੋ ਵਾਹਿਗੁਰੂ ਮੇਰੇ ਨਾਲ ਕੋਈ ਆਣ ਕੇ ਬਾਂਹ ਹੀ ਫੜ ਲਵੇ, ਕੋਈ ਤੁਹਾਡੇ ਪਿੰਡ ਦਾ ਕੋਈ ਬਾਹਰ ਅੰਦਰ ਗਿਆ ਹੁੰਦੇ ਵੀਰ, ਕਈਆਂ ਨੂੰ ਉੱਦਾਂ ਨਹੀਂ ਪਤਾ ਹੁੰਦਾ। ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਅਸੀਂ ਆਏ ਹਾਂ ਪਿੰਡ ਬਿੱਲੇ, ਜ਼ਿਲ੍ਹਾ ਤਰਨ ਤਾਰਨ। ਜਦੋਂ ਆਪਾਂ ਸਰਿਆਲੀ ਸਾਹਿਬ ਤੋਂ ਆਪਾਂ ਚੋਲਾ ਸਾਹਿਬ ਵੱਲ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਇਹ ਪਿੰਡ ਆਉਂਦਾ ਵਾ, ਅਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਜੀ ਕਿ ਇਹ ਵੀਰ ਜੀ ਹੁਣੀ ਬਿਮਾਰ ਪਏ ਆ, ਲੰਮੇ ਪਏ ਆ, ਅਤੇ ਮੈਂ ਪੁੱਛਦਾ ਪਰਿਵਾਰ ਨੂੰ ਕੀ ਗੱਲ ਆ। ਇੱਥੇ ਉੱਥੇ ਆ ਜਾ, ਇੱਥੇ ਅੱਗੇ ਆ ਜਾ, ਠੀਕ ਹੈ? ਇੱਥੇ ਚੱਪਲ ਲਾ ਲਾ ਪੂਰੀ, ਤੇਰੀ ਵੀਡੀਓ ਤੋਂ ਹੀ ਇਹ ਚੀਜ਼ ਬਣਨੀ, ਇੱਥੇ ਬਹਿ ਜਾ, ਕਿਤੇ ਬਹਿ ਲੱਗ ਗਿਆ। ਹਾਂ ਹਾਂਜੀ ਦੱਸਿਓ ਆਂਟੀ ਕੀ ਗੱਲ ਹੋਈ ਇਹਨਾਂ ਨੂੰ? ਇਹਨਾਂ ਨੂੰ ਵੀਰ ਜੀ ਪੱਥਰੀ ਆਈ ਪਿੱਤੇ 'ਚ। ਅੱਛਾ ਜੀ, ਪਿੱਤੇ 'ਚ ਪੱਥਰੀ ਆਈ ਆ ਅਤੇ ਉਹਦਾ ਆਪਰੇਸ਼ਨ ਕਰਾਇਆ ਵਾ, ਆਪਰੇਸ਼ਨ ਚੁੱਕ ਥੱਲ ਕੇ ਕਰਾਇਆ, ਇਹੋ ਕਮਾਉਂਦਾ ਸੀ ਅਤੇ ਜਦੋਂ ਜ਼ਿਆਦਾ ਪੀੜ ਹੋਈ ਤਾਂ ਡਿੱਗ ਗਿਆ, ਅਤੇ ਫਿਰ ਭੈਣ ਭਰਾਵਾਂ ਨੇ ਬਾਂਹ ਫੜੀ ਅਤੇ ਉਹ ਕਰਾ ਦਿੱਤਾ ਆਪਰੇਸ਼ਨ, ਅਤੇ ਹੁਣ ਆ ਗਈ ਕੈਂਸਰ ਜਨਵਰੀ ਮਹੀਨੇ ਤੋਂ, ਅਤੇ ਮੁੜ ਕੇ ਕੋਈ ਭੈਣ ਭਰਾ ਨਹੀਂ ਬਾਂਹ ਫੜਦਾ ਮੇਰੀ, ਕਹਿੰਦੇ ਕਹੀਂ ਦੇ ਚੁੱਕੇ ਆ, ਅਤੇ ਹੁਣ ਮੈਂ ਇਸ ਤਰ੍ਹਾਂ ਹੀ ਆਪਣਾ ਘਰ ਵੀ ਗਹਿਣੇ ਪਾ ਦਿੱਤਾ ਵਾ, ਇਦਾਂ ਮੰਗਦੀ ਫਿਰਦੀ ਆ। ਇਹ ਕਦੋਂ ਦੇ ਇਦਾਂ ਮੰਜੇ ਤੇ ਪਏ ਆ? ਇਹਨਾਂ ਨੂੰ 1.5 ਸਾਲ ਹੀ ਹੋ ਗਿਆ ਜੀ, ਪਹਿਲੋਂ ਪਿੱਤੇ ਦਾ ਕਰਕੇ ਪਹਿਲੋਂ ਪੀੜ ਬੜੀ ਹੁੰਦੀ ਸੀ, ਫਿਰ ਆਪਰੇਸ਼ਨ ਕਰਾ ਦਿੱਤਾ, ਆਪਰੇਸ਼ਨ ਤੋਂ ਬਾਅਦ ਕੰਮ 'ਤੇ ਨਹੀਂ ਗਿਆ ਕਿਤੇ ਵੀ, ਕਈ ਤਰ੍ਹਾਂ ਪਿਆ ਰਿਹਾ, ਅਤੇ ਫਿਰ ਬਾਅਦ 'ਚ ਇਹਨਾਂ ਨੂੰ ਕੈਂਸਰ ਹੋ ਗਈ ਆ ਜੀ। ਹਾਂਜੀ ਲੀਵਰ ਦਾ ਵੀ ਹੁਣ ਆਇਆ ਨੁਕਸ ਥੋੜ੍ਹਾ ਜਿਹਾ, ਅਤੇ ਨਾਲ ਮੇਰੇ ਪਾਣੀ ਆ ਪੇਟ 'ਚ ਆਇਆ, ਪੇਟ ਵੀ ਮੇਰਾ ਫੁੱਲਿਆ ਹੋਇਆ। ਅਤੇ ਭੈਣ ਫਿਰ ਘਰ ਦਾ ਖਰਚ ਕਿੱਦਾਂ ਚੱਲਦਾ? ਮੇਰ ਜੀ ਘਰ ਦਾ ਖਰਚ ਤੁਸੀਂ ਸੱਚ ਪੁੱਛੋ ਨਾ, ਮੈਂ ਤੁਹਾਨੂੰ ਸਿੱਧੀ ਦੱਸਦਾ, ਮੈਂ ਭਲਾਈ ਦਫ਼ਤਰ 'ਚ ਗਈ ਅੰਮ੍ਰਿਤਸਰ, ਉਹਨਾਂ ਦੇ ਵੀ ਜਾ ਕੇ ਤਰਲੇ ਲਏ ਆ, ਉਹ ਕਹਿੰਦੇ ਆ ਕਿ ਅਸੀਂ ਵਿਧਵਾ ਜਵਾਨੀ ਨੂੰ ਦੇ ਸਕਦੇ ਹਾਂ, ਕਿਸ ਤਰ੍ਹਾਂ ਨਹੀਂ ਅਸੀਂ ਦੇ ਸਕਦੇ। ਉੱਥੇ ਕਹਿੰਦੇ ਅਸੀਂ ਵਿਧਵਾ ਨੂੰ ਦੇ ਸਕਦੇ ਜਾਂ ਗਰਭਵਤੀ ਔਰਤਾਂ ਦੀ ਸਹਾਇਤਾ ਹੀ ਕਰਦੇ ਹਾਂ, ਕਿਸੇ ਦੂਜੇ ਦੀ ਸਹਾਇਤਾ ਨਹੀਂ ਕਰੀਦੀ। ਨਹੀਂ ਬੇਨਤੀ ਕਰਦਾ ਕਿ ਵੀਰੇ ਫਿਰ ਆਪਾਂ ਇਹੋ ਚੀਜ਼ ਹੀ ਦੇਖਦੇ ਹਾਂ ਕਿ ਜਿੰਨਾ ਚਿਰ ਬੰਦੇ ਦੀ ਡੈਥ ਨਹੀਂ ਹੁੰਦੀ ਉਨਾ ਚਿਰ ਇਹਨਾਂ ਦੀ ਮਦਦ ਨਹੀਂ ਕਰਨੀ, ਠੀਕ ਹੈ ਜੀ? ਗੱਲ ਫਿਰ ਉਹੀ ਹੋ ਗਈ ਕਿ ਜਿਉਂਦੇ ਜਾਗਦੇ ਆਪਾਂ ਮਦਦ ਨਹੀਂ ਕਰਨੀ, ਅਤੇ ਜਦੋਂ ਮਰ ਗਿਆ ਫਿਰ ਮਗਰੋਂ ਫਿਰ ਮਦਦ ਕਰਨ ਦਾ ਕੀ ਫਾਇਦਾ, ਕਿਉਂਕਿ ਲੋੜ ਇਸ ਵੀਰ ਨੂੰ ਅੱਜ ਆ, ਲੋੜ ਇਸ ਭੈਣ ਨੂੰ ਅੱਜ ਆ। ਇਹ ਦੱਸਦੇ ਪਏ ਕਿ 1.5 ਸਾਲ ਹੋ ਗਏ ਮੰਜੇ 'ਤੇ ਪੈਣ ਨੂੰ, ਅਤੇ ਉਦੋਂ ਤੋਂ ਹੀ ਇਹ ਤੜਫ ਤੜਫ ਕੇ ਦਿਨ ਰਾਤ ਕੱਟ ਰਿਹਾ। ਅਤੇ ਭੈਣ ਫਿਰ ਦਵਾਈ ਬੂਟੀ ਕਿੱਥੋਂ ਚੱਲਦੀ? ਦਵਾਈ ਗੁਰੂ ਰਾਮਦਾਸ ਹਸਪਤਾਲੋਂ ਚੱਲਦੀ ਵੀਰ ਜੀ। ਅੱਛਾ ਹਾਂਜੀ, ਕਦੀ ਮੇਰੇ
ਕੋਈ ਦਿੰਦਾ ਮੇਰੇ ਚਾਰ ਭਰਾ ਆ, ਕਦੀ 2000 ਫੜਾ ਦਿੰਦੇ, ਕਦੀ 3 ਫੜਾ ਦਿੰਦੇ, ਇਸ ਤਰ੍ਹਾਂ ਕਦੀ ਆ ਜਾਂਦੇ, ਕਦੀ ਚੱਲ ਜਾਂਦੇ। ਬਾਕੀ ਹੋਰ ਮੈਨੂੰ ਥੋੜ੍ਹੀ ਪਿੰਡ ਵਿੱਚ ਇੱਕ ਜਣੇ ਨੇ 5000 ਰੁਪਈਆ ਦਿੱਤਾ ਵਾ, ਇੱਕ ਨੇ 2 ਦਿੱਤਾ ਵਾ, ਇੱਕ ਨੇ 2, ਬਸ ਹੋਰ ਮੈਨੂੰ ਕੋਈ ਸਹਾਇਤਾ ਨਹੀਂ ਗਈ ਪਿੰਡ ਦੀ। ਇੱਧਰਾਂ ਇੱਕ ਬੱਚਾ ਛੋਟਾ ਜਿਹਾ ਵਾ, ਉਹ ਕੰਮ 'ਤੇ ਜਾਂਦਾ, 300 ਰੁਪਈਆ ਲਿਆਉਂਦਾ, ਉਹ ਅਸੀਂ ਖਾਂਦੇ ਹਾਂ, ਅਤੇ ਪਰ ਸਾਨੂੰ ਵਿਆਜ ਵਾਲੇ ਵੱਖਰੇ ਸਤਾਉਣ ਡੇ ਆ। ਵਿਆਜ ਕਾਹਦਾ ਪਿਆ? ਵਿਆਜ ਥਾਂ ਗਹਿਣੇ ਜਿਹੜਾ ਪਾਇਆ ਉਸ ਤਰ੍ਹਾਂ ਚੁੱਕੇ ਵਿਆਜੀ ਇਲਾਜ ਕਰਾਉਣ ਲਈ। ਅਤੇ ਜਿਹੜਾ ਥਾਂ ਗਹਿਣੇ ਪਾਇਆ ਉਹ ਕਿੱਥੋਂ ਦੇ ਆ ਵੀਰ? ਇੱਥੋਂ ਦੇ ਹੀ ਆ ਜੀ। ਪਿੰਡ ਦੇ ਹੀ ਆ? ਪਿੰਡ ਦੇ ਹੀ ਆ। ਉਹਨਾਂ ਨੂੰ ਪਤਾ ਨਹੀਂ ਹੈ ਕਿ ਵੀਰ ਮੰਜੇ 'ਤੇ ਪਿਆ ਵਾ? ਵੀਰ ਜੀ ਮੈਂ ਉਹਨਾਂ ਕੋਲ ਲਿਆ ਹੀ ਵਿਆਜੀ ਕਰਕੇ ਆ, ਜਦੋਂ ਇਹਦੇ ਕੈਂਸਰ ਦਾ ਦੱਸਿਆ ਮੈਂ 10:30 ਵਜੇ ਉਹਨਾਂ ਦੇ ਘਰ ਗਈ ਹਾਂ। ਪਹਿਲਾਂ ਤਾਂ ਮੈਨੂੰ ਜਵਾਬ ਜਿਹੜੇ ਬੰਦੇ ਵੱਲ ਗਈ ਉਹਨੇ ਬੜੇ ਥਾਵਾਂ ਤੋਂ ਪੁੱਛਿਆ ਕਿ ਨਹੀਂ, ਫਿਰ ਕਿਸੇ ਨੂੰ ਹੋਰ ਨੂੰ ਪੁੱਛਿਆ ਉਹਨੇ, ਤਾਂ ਉਹਨੇ ਹਾਂ ਕਰ ਦਿੱਤੀ ਆ, ਅਤੇ ਵੀਰ ਜੀ ਮੇਰਾ ਥਾਂ ਦਿੱਤਾ ਵੀ ਸਾਰਾ ਗਿਣ। ਮਤਲਬ ਕਿ ਇਹ ਰੱਬ ਤੁਹਾਡਾ ਭਲਾ ਕਰੇ, ਇਹ ਉਹਨੇ ਵੀਰ ਨੇ ਗਾਂਹ ਕਿਸੇ ਤੋਂ ਦੁਬਾਰਾ ਥਾਂ ਪੈਸੇ ਦਵਾਏ? ਹਾਂਜੀ। ਦੇਖੋ ਸਰ ਜੀ ਵੀ ਘਰ ਦਾ ਥਾਂ ਵੀ ਗਹਿਣੇ ਪਿਆ ਵਾ, ਠੀਕ ਹੈ ਜੀ, ਉਹ ਪੈਸੇ ਲਾਉਣ ਦੇ ਬਾਵਜੂਦ ਵੀ, ਘਰ ਗਹਿਣੇ ਪਾਉਣ ਦੇ ਬਾਵਜੂਦ ਵੀ ਇਹ ਜਿਹੜਾ ਵੀਰ ਵਾ ਅੱਜ ਦਵਾਈ ਖਣੋ ਇਲਾਜ ਖਣੋ ਅੱਜ ਘਰ ਮੰਜੇ 'ਤੇ ਪਿਆ ਵਾ ਅਤੇ ਤੜਫ ਰਿਹਾ ਵਾ, ਅਤੇ ਇਹ ਪੀੜਾ ਉਹੀ ਦੱਸ ਸਕਦਾ ਵਾ, ਉਹੀ ਇਸ ਪੀੜਾ ਸਮਝ ਸਕਦਾ ਵਾ ਜਿਹਨੇ ਆਪਣੇ 'ਤੇ ਹੰਢਾਈ ਹੋਵੇ, ਜਿਹਨੂੰ ਵਿਛੋੜਾ, ਜਿਹਨੇ ਵਿਛੋੜਾ ਵੇਖਿਆ ਉਹਨੂੰ ਵਿਛੋੜੇ ਦਾ ਪਤਾ ਹੁੰਦਾ, ਜਿਹਨੇ ਬਿਮਾਰੀ ਵੇਖੀ ਹੋਵੇ, ਹੁਣ ਮੈਂ ਬਿਮਾਰੀ ਆਪਣੇ 'ਤੇ ਹੰਢਾਈ ਸੀ, ਮੈਨੂੰ ਪਤਾ ਵਾ ਕਿ ਅੱਜ ਬਿਮਾਰ ਬੰਦੇ ਦੀ ਕੀ ਪੀੜਾ ਵਾ। ਇੱਕ ਤਾਂ ਟੈਨਸ਼ਨ ਹੁੰਦੀ ਆ ਬੰਦੇ ਨੂੰ ਵੀ ਮੇਰਾ ਇਲਾਜ ਕਿੱਦਾਂ ਹੋਊਗਾ, ਮੈਂ ਠੀਕ ਹੋ ਜੂੰਗਾ, ਦੂਜੀ ਟੈਨਸ਼ਨ ਇਹ ਹੁੰਦੀ ਹੈ ਕਿ ਮੇਰੇ ਇਲਾਜ ਵਾਸਤੇ ਪੈਸਾ ਕਿੱਥੋਂ ਆਊਗਾ। ਹੁਣ ਜ਼ਮੀਨ ਇਹਨਾਂ ਨੇ ਘਰ ਵੀ ਗਹਿਣੇ ਪਾਇਆ ਵਾ ਅਤੇ ਫਿਰ ਵੀ ਮੰਜੇ 'ਤੇ ਪਏ, ਭੈਣੇ ਆਪਣੀ ਕੋਈ ਜ਼ਮੀਨ ਜਾਇਦਾਦ ਕੁਝ ਨਹੀਂ ਆਇਆ ਹੋਈ ਹੈ ਜਿਹੜਾ ਕੁਛ? ਅੱਛਾ, ਘਰ ਇਹੋ ਘਰ? ਹਾਂਜੀ ਭਾਜੀ। ਹੁਣ ਇਹਦੇ ਪੇਟ 'ਚ ਪਾਣੀ ਪੈ ਗਿਆ, ਗਦੂਦਾਂ ਆਈਆਂ ਕਹਿੰਦੇ, ਇਹਨਾਂ ਨਹੀਂ ਪਤਾ, ਡਾਕਟਰ ਨੇ ਗਦੂਦਾਂ ਦੇ ਪੇਟ 'ਚ ਪਾਣੀ ਦੱਸ ਦਿੱਤਾ। ਹਾਂਜੀ। ਕਿੰਨੇ ਬੱਚੇ? ਕਿੰਨੇ ਤੁਹਾਡੇ ਬੱਚੇ? ਮੇਰੇ 4 ਆ ਜੀ, 2 ਗੁੱਡੀਆਂ ਵੱਡੀਆਂ, ਕਾਕੇ ਛੋਟੇ। ਕਾਕੇ ਛੋਟੇ? ਹਾਂਜੀ। ਕਾਕਾ ਛੋਟਾ ਹੀ ਕੰਮ 'ਤੇ ਜਾਣ ਡਿਆ ਜੀ, ਹੁਣ ਲਿਆ ਕੇ ਸਾਨੂੰ ਥੋੜ੍ਹਾ ਥੋੜ੍ਹਾ ਖਵਾਉਂਦਾ ਵਾ, ਉਹ ਸਾਨੂੰ ਵਿਆਜ ਵਾਲੇ ਸਤਾਉਂਦੇ ਆ, ਵਿੱਚੋਂ ਕਈਆਂ ਨੂੰ ਵਿਆਜ ਦੇ ਦੇਈਦਾ, ਕਈਆਂ ਨੂੰ ਨਹੀਂ ਦੇਈਦਾ। ਭੈਣੇ ਰੋਣਾ, ਵਾਹਿਗੁਰੂ ਮਿਹਰ ਕਰੇ, ਹੋ ਸਕਦਾ ਵਾ ਕੋਈ ਵੀਡੀਓ ਵੀਰ ਦੇਖ ਰਿਹਾ ਹੋਵੇ ਅਤੇ ਭੈਣੇ ਉਹਦੇ ਦਿਲ 'ਚ ਹੈ ਨਾ ਰੱਬ ਰਹਿਮ ਪਾਵੇ, ਅਤੇ ਹੋ ਸਕਦਾ ਤੇਰੇ ਪਰਿਵਾਰ ਦੀ, ਤੇਰੇ ਪਤੀ ਪਰਮੇਸ਼ਰ ਦੀ ਕੋਈ ਹੈਲਪ ਕਰ ਦੇਵੇ, ਅਤੇ ਬਾਕੀ ਰੋਣਾ ਭੈਣੇ ਕੋਈ ਗੱਲ ਨਹੀਂ। ਬਾਕੀ ਮੈਂ ਹੱਥ ਜੋੜ ਕੇ ਇਸ ਪਿੰਡ ਦੇ ਵੀਰਾਂ ਨੂੰ, ਬਿੱਲੇ ਪਿੰਡ ਦੇ ਵੀਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ, ਜਿਹੜੇ ਜਿਨ੍ਹਾਂ ਨੂੰ ਰੱਬ ਨੇ ਰਿਜ਼ਕ ਦਿੱਤਾ ਵਾ ਉਹਨਾਂ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਵੀਰ ਜੀ ਤੁਹਾਡੇ ਪਿੰਡ ਦਾ ਪਰਿਵਾਰ ਵਾ, ਠੀਕ ਹੈ ਜੀ, ਇਹ ਭੈਣੇ ਨਾਂ ਕੀ ਇਹਨਾਂ ਦਾ? ਕੁਲਵਿੰਦਰ ਸਿੰਘ। ਕੁਲਵਿੰਦਰ ਸਿੰਘ, ਅਤੇ ਮਤਲਬ ਕਿ ਕੀ ਆਪਾਂ ਕਈ ਵਾਰੀ ਨਾਂ ਤੋਂ ਨਹੀਂ ਪਛਾਣਿਆ ਜਾਂਦਾ? ਕੁਲਵਿੰਦਰ ਸਿੰਘ ਸਰਪੰਚ ਰਹੇ ਭਾਅ ਜੀ। ਸਰਪੰਚ ਰਹੇ ਪਿੰਡ ਦੇ? ਪਿੰਡ ਦੇ ਰਹੇ ਆ, ਸਾਬਕਾ ਸਰਪੰਚ ਜੇ ਟਾਈਮ ਕਿਸੇ ਟਾਈਮ ਫਿਰ ਪਿੰਡ ਦੀ ਮੰਨੀ ਦੀ ਸੀ ਪੂਰੀ, ਹੈ ਨਾ ਪੂਰੀ ਭਾਅ ਜੀ।
15 ਸਾਲ ਹੋ ਗਏ ਆ, 10 ਸਾਲ ਦੂਜਿਆਂ ਨੂੰ ਕਰਦੇ ਨੂੰ ਹੋ ਗਏ, 15ਵੇਂ ਸਾਲ 'ਚ ਇਹਨਾਂ ਨੇ ਕੀਤੀ ਸੀ। ਜਦੋਂ ਇਹ ਸਰਪੰਚ ਹੋਣਗੇ ਕਈ ਲੋਕ ਆਉਂਦੇ ਹੋਣਗੇ ਇਹਨਾਂ ਕੋਲ ਮਦਦ ਲੈਣ ਵਾਸਤੇ, ਫੈਸਲੇ ਕਰਾਉਣ ਵਾਸਤੇ, ਅਤੇ ਅੱਜ ਕੋਈ ਆਇਆ ਇਹਨਾਂ ਕੋਲ? ਅੱਜ ਕੋਈ ਨਹੀਂ ਆਇਆ, 3 ਬਸ ਬੰਦੇ ਆਏ ਜਿਨ੍ਹਾਂ ਨੇ 2000 ਰੁਪਈਆ ਦਿੱਤਾ, ਇੱਕ ਨੇ 5000 ਦਿੱਤਾ, ਇੱਕ ਨੇ 2 ਦਿੱਤਾ, ਬਾਕੀ ਕੋਈ ਨਹੀਂ ਸਾਡੇ ਕੋਲ ਇੱਥੇ ਆਇਆ ਪਿੰਡ ਦਾ, ਕੋਈ ਵੀ ਨਹੀਂ ਬੜਿਆ। ਚੜ੍ਹਦੇ ਨਹੀਂ ਸਲਾਮਾਂ ਹੁੰਦੀਆਂ, ਜੇ ਅੱਜ ਇਹਨਾਂ ਜੇ ਕੋਈ ਸਰਪੰਚੀ ਹੁੰਦੀ ਆ, ਜੇ ਹੈ ਨਾ ਤੰਦਰੁਸਤ ਹੁੰਦੇ ਅਤੇ ਲੋਕਾਂ ਨੇ ਹੈਲਪ ਲੈਣ ਲਈ ਆਪ ਆਉਣਾ ਸੀ। ਅੱਜ ਇਹ ਮੰਜੇ 'ਤੇ ਪਏ ਆ, ਅਤੇ ਪਰ ਦੁਨੀਆ ਹੱਸਦੇ ਨੂੰ ਹੀ ਸਲਾਮਾਂ ਕਰਦੀ ਆ। ਪ੍ਰੋਬਲਮ ਕੀ, ਦਿੱਕਤ ਕੀ ਹੁੰਦੀ ਹੁਣ? ਪੇਟ ਦੀ ਆ ਜ਼ਿਆਦਾ, ਦਰਦ ਦੀ ਪ੍ਰੋਬਲਮ ਆ। ਅੱਛਾ, ਲੱਗ ਗਈ ਦਰਦ? ਦਰਦ ਹੋ ਹੀ ਜਾਂਦੀ, ਗੋਲੀ ਖਾ ਲਈਦੀ ਆ। ਅੱਛਾ, ਸੜ ਜਾਂਦੀ। ਜਿਹੜੀ ਨਾ ਕੈਂਸਰ ਦੱਸੀ ਪੈਣੀ, ਉਹ ਕਿੱਥੇ ਕੈਂਸਰ? ਉਹ ਮੇਰੇ ਕੈਂਸਰ ਇੱਥੇ ਲੀਵਰ ਦੇ ਲਾਗੇ ਦੱਸੀ ਹੁਣ। ਲੀਵਰ ਦੇ ਵਿੱਚ ਕੈਂਸਰ? ਹਾਂ, ਇੱਥੇ ਤਾਂ ਆਪਰੇਸ਼ਨ ਹੋਇਆ ਸੀ ਨਾਲ ਦੇ ਲਾਗੇ, ਗੱਠ ਵੱਜੀ ਜਿਹੜੀ, ਗਿਲਟੀ ਉਹਨਾਂ ਆਖਿਆ, ਅਤੇ ਇੱਥੋਂ ਆਪਰੇਸ਼ਨ ਹੋਇਆ, ਫਿਰ ਇੱਥੋਂ ਉਹਨਾਂ ਨੇ ਚਰਬੀ ਚੁਰਬੀ ਕੱਢੀ ਜਿੱਥੋਂ ਦੱਸਿਆ ਇਹਨਾਂ ਨੇ। ਪੇਟ ਦੀ ਆ ਜ਼ਿਆਦਾ ਪ੍ਰੋਬਲਮ। ਵੀਰ ਜੀ, ਰਿਪੋਰਟਾਂ ਕਿ ਨਹੀਂ ਚਾਹੀਦੀਆਂ ਨਾਲ? ਪੇਟ ਮੇਰੇ ਇਲਾਜ ਹੋ ਜਾਵੇ, ਮੇਰਾ ਪੇਟ ਪਾੜ ਦੁੱਖ ਲੋ ਕੇ ਕਰ, ਇਲਾਜ ਮੇਰਾ ਹੋ ਜਾਵੇ, ਇਲਾਜ ਬਣਾਉਣ ਕੰਮ ਜਾਣ ਜਾ।